ਸਵਾਗਤ ਦੇਸਾਂ ਪਰਦੇਸਾਂ 'ਚ ਬੈਠੇ ਜੀ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੇ ਮਨ ਪਾਉਂਦੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਗੱਲਾਂ ਤੇ ਗੀਤ ਉਹ ਪ੍ਰੋਗਰਾਮ ਜਿੱਥੇ ਹਰ ਰੋਜ਼ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਗੀਤ ਜਿਹੜੇ ਹੈ ਉਹ ਤਾਂ ਗੱਲਾਂ ਤੇ ਗੀਤ ਦਾ ਹਿੱਸਾ ਹੁੰਦੇ ਹੀ ਹੈ ਤੇ ਨਾਲ ਹੀ ਨਾਲ ਇਸ ਗੱਲਾਂ ਤੇ ਗੀਤ ਦਾ ਹਿੱਸਾ ਹਾਂ ਮੈਂ ਹਾਂ ਜੀ ਸਾਕਸ਼ੀ ਮੋਹਨ ਤੇ ਮੇਰੇ ਨਾਲ ਨੇ ਜੀ ਮੈਂ ਹਾਂ ਜੀ ਤੁਹਾਡਾ ਮੇਜ਼ਬਾਨ ਹਮ ਸਫ਼ਰ ਦੇਵ ਕਪੂਰ ਵਾਦਾ ਨਿਭਾਵਾਂਗਾ ਜ਼ਰੂਰ ਔਰ ਬੜੀ ਖੂਬਸੂਰਤ ਸ਼ੁਰੂਆਤ ਕੀਤੀ ਹੈ ਵੈਸੇ ਜ਼ਿੰਦਗੀ ਦੇ ਵਿੱਚ ਨਾ ਅਸੀਂ ਦੇਖਦੇ ਹਾਂ ਕਿ ਜਦੋਂ ਔਰਤਾਂ ਅਤੇ ਮਰਦ ਜਿਹੜੇ ਨੇ ਅਤੇ ਔਰਤ ਜਿਹੜੀ ਹੈ ਜਦੋਂ ਬਰਾਬਰ ਮਿਲ ਕੇ ਕਦਮ ਨਾਲ ਕਦਮ ਮਿਲਾ ਕੇ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਅੱਗੇ ਵੱਧਦੇ ਨੇ ਤਾਂ ਫਿਰ ਮਾਹੌਲ ਜਿਹੜਾ ਨਾ ਬੜਾ ਹੀ ਚੰਗਾ ਅਤੇ ਸੁਖਾਲਾ ਹੁੰਦਾ ਔਰ ਇਸੇ ਤਰ੍ਹਾਂ ਅੱਜ ਓਪਨਿੰਗ ਤੁਸੀਂ ਕੀਤੀ ਹੈ ਅਤੇ ਮੈਨੂੰ ਲੱਗਦਾ ਵੀ ਘਰ ਦੇ ਵਿੱਚ ਵੀ ਨਾ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੀ ਚੱਲਦੀ ਹੋਣੀ ਜੀ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਚਲਾਉਣ ਵਾਸਤੇ ਚਾਹੇ ਉਹ ਗੱਡੀ ਹੋਵੇ ਚਾਹੇ ਘਰ ਹੋਣ ਦੋਨੋਂ ਜਿਹੜੇ ਉਹਦੇ ਹਿੱਸੇ ਹੁੰਦੇ ਨਾ ਉਹਨਾਂ ਦਾ ਆਪਸ 'ਚ ਤਾਲਮੇਲ ਜਿਹੜਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਮੈਨੂੰ ਲੱਗਦਾ ਹਰ ਕੰਮ ਘਰ ਦੇ ਵਿੱਚ ਸਭ ਨੂੰ ਨਾ ਮਿਲ ਵੰਡ ਕੇ ਕਰਨੇ ਚਾਹੀਦੇ ਵੈਸੇ ਦੇਖ ਤੁਹਾਡੀ ਗੱਲ ਕਰਾਂ ਤੁਹਾਡੇ ਘਰ ਦੀ ਗੱਲ ਕਰਾਂ ਦਿਨ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਮੈਨੂੰ ਲੱਗਦਾ 90% ਜਿਹੜੇ ਘਰ ਹੁੰਦੇ ਨਾ ਚਾਹ ਦੀ ਚੁਸਕੀਆਂ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੋਣਗੇ ਤੇ ਤੁਹਾਡੇ ਘਰ ਦੇ ਵਿੱਚ ਚਾਹ ਕੌਣ ਬਣਾਉਂਦਾ ਸਵੇਰ ਦੀ ਸਾਡੇ ਘਰ ਦੇ ਵਿੱਚ ਚਾਹ ਜਿਹੜੀ ਹੈ ਨਾ ਉਹ ਤਾਂ ਮੈਂ ਬਾਅਦ 'ਚ ਦੱਸਾਂਗਾ ਪਹਿਲਾਂ ਮੈਂ ਇਹ ਦੱਸਦਾ ਕਿ ਜਿਹੜਾ ਆਦਮੀ ਹੈ ਨਾ ਉਹ ਘਰ ਦੇ ਬਾਹਰ ਤਾਂ ਸ਼ੇਰ ਹੁੰਦਾ ਘਰ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਮੈਨੂੰ ਬੋਲਣ ਦੀ ਲੋੜ ਨਹੀਂ ਜੀ ਕਹਿੰਦੇ ਜੰਗਲ ਦਾ ਰਾਜਾ ਸ਼ੇਰ ਹੈ ਤੇ ਘਰ ਦਾ ਜਿਹੜਾ ਜੰਗਲ ਹੈ ਨਾ ਇਸ ਦਾ ਜਿਹੜਾ ਰਾਜਾ ਰਾਣੀ ਇੱਕੋ ਹੀ ਹੈ ਉਹ ਹੈ ਜੀ ਸ਼ੇਰਨੀ ਬਿਲਕੁਲ ਘਰ ਦਾ ਸ਼ਿੰਗਾਰ ਔਰਤ ਹੁੰਦੀ ਹੈ ਪਰ ਜ਼ਿੰਦਗੀ ਦੇ ਵਿੱਚ ਜਦੋਂ ਔਰਤ ਮਰਦ ਬਰਾਬਰ ਦੇ ਅਧਿਕਾਰਾਂ ਦੇ ਨਾਲ ਜਦੋਂ ਦੋਨਾਂ ਨੂੰ ਇਕੁਅਲ ਰਾਈਟਸ ਮਿਲਦੇ ਨੇ ਤਾਂ ਹੀ ਜਿਹੜੀ ਜ਼ਿੰਦਗੀ ਹੈ ਨਾ ਉਹ ਸੋਹਣੀ ਲੱਗਦੀ ਹੈ ਸੁਚੱਜੀ ਲੱਗਦੀ ਹੈ ਫਿਲਹਾਲ ਗੱਲਾਂ ਤੇ ਗੀਤ ਦਾ ਤੁਸੀਂ ਪਿਆਰੇ ਦਰਸ਼ਕੋ ਵਿਸ਼ਾ ਨੋਟ ਕਰੋ ਜੋ ਇਸ ਦੇ ਨਾਲ ਹੀ ਜੁੜਦਾ ਅੱਜ ਦਾ ਸਾਡਾ ਵਿਸ਼ਾ ਹੈ ਜੀ ਔਰਤਾਂ ਤੇ ਮਰਦਾਂ ਦੇ ਹੱਕਾਂ ਦੀ ਸਮਾਨਤਾ ਸਾਡੇ ਨੰਬਰ ਨੇ 01182842164 ਜੀ ਤੇ ਇਸ ਵਿਸ਼ੇ ਤੇ ਖਾਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਜਿਹੜੇ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਉਹ ਵੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ ਪਹਿਲਾਂ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਬੀਰ ਸਿੰਘ ਬਿੰਦਰਾ ਜੀ ਸਵਾਗਤ ਜੋ ਕਿ ਇੱਕ ਵਕੀਲ ਨੇ ਦੇ ਨਾਲ ਹੀ ਨਾਲ ਉਹ ਇੰਟਰਨੈਸ਼ਨਲ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਨੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਵਕੀਲ ਸਾਹਿਬ ਅਸੀਂ ਇਹ ਸਭ ਤਾਂ ਜਾਣਦੇ ਹਾਂ ਤੁਸੀਂ ਇੱਕ ਮੰਨੇ ਤਰਮੰਨੇ ਵਕੀਲ ਹੋ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿਹੜੇ ਤੁਸੀਂ ਆਪਣੇ ਕੇਸ ਜਿਹੜੇ ਆ ਲੜਦੇ ਹੋ ਵੱਡੇ ਵੱਡੇ ਜਿਹੜੇ ਜੱਜ ਲੋਕ ਨੇ ਉਹ ਤੁਹਾਡੇ ਤੋਂ ਇੰਪ੍ਰੈਸ ਹੁੰਦੇ ਨੇ ਹਨਾ ਤੇ ਹੁਣ ਜੇ ਆਪਾਂ ਗੱਲ ਕਰੀਏ ਘਰ ਦੀ ਕਿਉਂਕਿ ਕੋਰਟ 'ਚ ਜਾ ਕੇ ਤੁਸੀਂ ਕਿਸੇ ਨੂੰ ਮੈਨੂੰ ਲੱਗਦਾ ਨਹੀਂ ਕਿ ਆਪਣੇ ਸਾਹਮਣੇ ਵਾਲੇ ਵਕੀਲ ਨੂੰ ਆਪਣੇ ਅੱਗੇ ਬੋਲਣ ਦਿੰਦੇ ਹੋਗੇ ਤੇ ਆਪਾਂ ਉੱਥੇ ਪੂਰੀ ਚੜ੍ਹਾਈ ਹੈ ਜੀ ਤੇ ਘਰ ਦੇ ਵਿੱਚ ਥੋੜਾ ਬਹੁਤ ਬੋਲਣ ਦਾ ਮੌਕਾ ਮਿਲ ਜਾਂਦਾ ਤੁਸੀਂ ਗੱਲ ਕਰ ਰਹੇ ਸੋ ਨਾ ਕਿ ਸ਼ੇਰ ਤੇ ਸ਼ੇਰਨੀ ਦੀ ਉਹ ਮੈਂ ਸੱਚ ਦੱਸਦਾ ਉੱਥੇ ਬਾਹਰ ਦਾ ਸ਼ੇਰ ਕੌਣ ਹੁੰਦਾ ਤੇ ਘਰ 'ਚ ਕੌਣ ਹੈ ਮੇਰੀ ਬਿਲਕੁਲ ਉਹੀ ਓ ਗੱਲ ਹੈ ਮੇਰੇ ਘਰ ਇੱਕੋ ਹੀ ਹੈ ਉਹ ਸ਼ੇਰਨੀ ਸ਼ੇਰਨੀ ਹੈ ਮੈਂ ਤਾਂ ਬਸ ਇਸ ਤਰ੍ਹਾਂ ਹੀ ਹੈ ਦਰਦ ਮੈਂ ਸ਼ੇਰ ਦਰਦ ਮੈਂ ਮਹਿਸੂਸ ਕਰ ਸਕਦਾ ਮਤਲਬ ਵਕੀਲ ਸਾਹਿਬ ਜਦੋਂ ਹੁੰਦੇ ਵੀ ਗੱਲ ਕਰਨ ਉਹ ਗੱਲ ਜਦੋਂ ਘਰ ਦੇ ਵਾਲੀ ਗੱਲ ਆ ਜਾਂਦੀ ਉੱਥੇ ਬੋਲਦੇ ਬੋਲਦੇ ਮੈਂ ਥੋੜਾ ਜਿਹਾ ਰੁਕ ਗਿਆ ਦੇਖੋ ਆਦਮੀ ਬਾਹਰ ਤਾਂ ਸ਼ੇਰ ਹੁੰਦਾ ਘਰ ਦੇ ਵਿੱਚ ਸਰਕਸ ਵਾਲਾ ਐਬਸੈਂਸ ਦੇ ਵਿੱਚ ਵੀ ਸ਼ੇਰਨੀ ਤੋਂ ਡਰਦਾ ਜੀ ਠੀਕ ਹੈ ਡਾਕਟਰ ਆਪਣਾ ਜਸਬੀਰ ਸਿੰਘ ਜੀ ਅਸੀਂ ਜਦੋਂ ਗੱਲ ਕਰਦੇ ਹਾਂ ਅਧਿਕਾਰਾਂ ਦੀ ਸੰਵਿਧਾਨ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਮਰਦਾਂ ਤੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਨੇ ਹਾਂ ਬਿਲਕੁਲ ਬਿਲਕੁਲ ਇਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਬਿਲਕੁਲ ਜੀ ਕਨਸਟੀਟਿਊਸ਼ਨ ਦੇ ਵਿੱਚ ਆਦਮੀਆਂ ਤੇ ਔਰਤਾਂ ਨੂੰ ਮੈਨ ਐਂਡ ਵੁਮੈਨ ਨੂੰ ਐਬਸੋਲੂਟਲੀ ਇਕੁਅਲ ਰਾਈਟ ਮਿਲੇ ਜੀ ਕਿਸੇ ਨੂੰ ਕੋਈ ਪਾਰਸ਼ੈਲਿਟੀ ਨਹੀਂ ਕਿਸੇ ਨੂੰ ਕੋਈ ਵਿਤਕਰਾ ਨਹੀਂ ਕਿਸੇ ਨੂੰ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੋ ਇਹਨਾਂ ਦੇ ਹੈ ਬਿਲਕੁਲ ਬੋਥ ਦਾ ਸੈਕਸਿਸ ਆਰ ਐਟ ਪਾਰ ਜੀ ਜਸਬੀਰ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਅਧਿਕਾਰਾਂ ਦੀ ਹੈ ਨਾ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਅਧਿਕਾਰ ਤੇ ਸਾਡੇ ਫਰਜ਼ ਮਤਲਬ ਸਾਡੇ ਰਾਈਟਸ ਤੇ ਡਿਊਟੀਜ਼ ਜਿਹੜੀਆਂ ਸਾਨੂੰ ਇਕੁਅਲੀ ਨਿਭਾਉਣੀਆਂ ਚਾਹੀਦੀਆਂ ਜੇ ਅਧਿਕਾਰਾਂ ਦੀ ਗੱਲ ਕੀਤੀ ਕਿ ਸੰਵਿਧਾਨ ਦੇ ਵਿੱਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਮਿਲੇ ਜੇ ਸਾਡੇ ਫਰਜ਼ਾਂ ਦੀ ਅਸੀਂ ਗੱਲ ਕਰੀਏ ਉਹ ਵੀ ਬਰਾਬਰ ਦੇ ਨੇ ਹਾਂਜੀ ਹਾਂ ਬਿਲਕੁਲ ਅਗਰ ਆਖਿਰਕਾਰ ਮੈਨੂੰ ਰਾਈਟ ਮਿਲਿਆ ਅਖਤਿਆਰ ਮਿਲਿਆ ਤੇ ਮੇਰੇ ਇਹ ਵੀ ਮੋਰਲ ਲੀਗਲ ਹਰ ਇੱਕ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਮੈਂ ਆਪਣੇ ਫਰਜ਼ ਵੀ ਤੇ ਪੂਰੇ ਅਦਾ ਕਰਾਂ ਹੁਣ ਇਹ ਤੇ ਮੇਰੇ ਤੇ ਹੈ ਮਿਹਰਬਾਨੀ ਹੈ ਕਿ ਮੈਂ ਕਿੰਨੀ ਕੁ ਆਪਣੀ ਡਿਊਟੀ ਪਰਫਾਰਮ ਕਰਾਂ ਜਾਂ ਨਾ ਕਰਾਂ ਇਹ ਸਾਨੂੰ ਹਰ ਇੱਕ ਆਦਮੀ ਨੂੰ ਚਾਹੀਦਾ ਹੈ ਆਦਮੀ ਨੂੰ ਔਰਤ ਨੂੰ ਕਿ ਅਸੀਂ ਵੱਧ ਤੋਂ ਵੱਧ ਆਪਣੀ ਡਿਊਟੀ ਦਾ ਖਿਆਲ ਕਰੀਏ ਆਪਣਾ ਫਰਜ਼ ਅਦਾ ਕਰੀਏ ਬਿਲਕੁਲ ਜੀ ਔਰ ਆਪਣੇ ਫਰਜ਼ ਨੂੰ ਨਿਭਾਉਣਾ ਹੀ ਚਾਹੀਦਾ ਬਿੰਦਰਾ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਐਨਸੈਸਟਰਲ ਪ੍ਰੋਪਰਟੀ ਦੀ ਜਾਇਦਾਦ ਦੀ ਉਦੋਂ ਜਦੋਂ ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਉੱਥੇ ਵੀ ਔਰਤ ਤੇ ਮਰਦ ਦੋਨਾਂ ਨੂੰ ਬਰਾਬਰੀ ਦਾ ਸਾਹਮਣਾ ਜਿਹੜਾ ਅਧਿਕਾਰ ਦਿੱਤੇ ਜਾਂਦੇ ਇਸ ਮਸਲੇ ਦੇ ਵਿੱਚ ਹੁਣ ਪਿੱਛੇ ਇੰਡੀਅਨ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਚੇਂਜਸ ਹੋਈਆਂ ਸੀ 56 ਦੇ ਵਿੱਚ ਜਿਹਦੇ ਨਾਲ ਲੜਕੀ ਨੂੰ ਵੀ ਪੂਰਾ ਅਖਤਿਆਰ ਹੈ ਆਪਣੇ ਬਾਪ ਦੀ ਜਾਇਦਾਦ ਲੈਣ ਦਾ ਜਿਹਦਾ ਮੁੰਡੇ ਨੂੰ ਹੈ ਉਨਾ ਹੀ ਉਹਦੀ ਭੈਣ ਨੂੰ ਹੈ ਲੜਕੀ ਨੂੰ ਜਾਇਦਾਦ 'ਚ ਹੈ ਇਕੁਅਲ ਰਾਈਟਸ ਹੈਗੇ ਕੋਈ ਵਿਤਕਰਾ ਨਹੀਂ
कि लड़का है कि लड़की है, पूरे लड़की नूं भी अपनी बाप दी जायदाद दे उन्ना ही हकदार है जिन्ना उहदा भरा है। जी घर दी असीं गल कर चुके हैं, संविधान की गल कर चुके हैं, इहदे नाल ही नाल दुनिया दे विच विचरण दे लई इक जगह हुंदी है करम भूमि, है ना। वो करम भूमि ते पहुंचण वास्ते सानूं पहले रोजगार दी अगर असीं गल करिए, रोजगार दे जिहड़े मौके ने ਉਹ ਜਿਹੜੇ ਔਰਤ ਤੇ ਮਰਦ ਨੂੰ ਬਰਾਬਰ ਦੇ ਦਿੱਤੇ ਜਾਂਦੇ ਨੇ ਹਰ ਜਗ੍ਹਾ? ਹਾਂਜੀ, ਕੰਸਟੀਟਿਊਸ਼ਨ 'ਚ ਨਾ ਬਿਲਕੁਲ ਤੁਹਾਨੂੰ ਆਦਮੀ ਤੇ ਜਨਾਨੀ ਨੂੰ ਮੈਨ ਔਰ ਵੂਮੈਨ ਇਕੁਅਲ ਰਾਈਟਸ ਮਿਲੇ, ਸਗੋਂ ਕਈ ਜਗ੍ਹਾ ਤੇ ਪ੍ਰੈਫਰੈਂਸ ਹੈਗੀ ਹੈ ਲੜਕੀ ਨੂੰ, ਰਿਜ਼ਰਵੇਸ਼ਨ ਹੁੰਦੀ ਹੈ ਔਨ ਬੇਸਿਸ, ਅਦਰਵਾਈਜ਼ ਮੋਸਟ ਆਫ ਦਾ ਪਲੇਸਿਸ ਜਿਹੜੇ ਹਨ ਦਾ ਰਾਈਟਸ ਪੂਰੇ, ਸਗੋਂ ਹੁਣ ਤਾਂ ਇੱਥੇ ਤੱਕ ਹੋ ਗਿਆ ਹੈ ਕਿ ਆਰਮੀ ਏਅਰਫੋਰਸ ਦੇ ਵਿੱਚ ਕੰਬੈਟ ਫੋਰਸਿਸ ਜਿਹੜੀਆਂ ਕਈਆਂ ਜਗ੍ਹਾ ਤੇ ਲੜਕੀ ਨੂੰ ਅਲਾਊਡ ਨਹੀਂ ਸੀਗਾ, ਮਤਲਬ ਜਿਹੜੀਆਂ ਨਾਨ ਕੰਬੈਟ ਫੋਰਸਿਸ ਜਿਹੜੀਆਂ ਨਹੀਂ ਲੜਾਈ ਨਹੀਂ ਕਰਦੀਆਂ, ਮਤਲਬ ਸਪੋਜ਼ਿੰਗ ਸਪਲਾਈਜ਼ ਹੋ ਗਈਆਂ, ਮੈਡੀਕਲ ਹੋ ਗਿਆ, ਉਹਨਾਂ ਦੇ ਲੜਕੀਆਂ ਸਨ, ਪਰ ਫਾਈਟਿੰਗ ਫੋਰਸਿਸ 'ਚ ਲੜਕੀ ਨੂੰ ਅਖਤਿਆਰ ਨਹੀਂ ਸੀਗਾ, ਹੁਣ ਉਹ ਵੀ ਹੋ ਗਿਆ। ਤੁਸੀਂ ਪੜ੍ਹਿਆ ਹੋਣਾ ਹੈ ਕਿ ਈਵਨ ਏਅਰਫੋਰਸ ਦੇ 'ਚ ਫਾਈਟਰ ਪਾਇਲਟਸ ਜਿਹੜੇ ਹੈ ਉਹ ਲੜਕੀਆਂ ਨੂੰ ਅਖਤਿਆਰ ਹੋਏ, ਤਿੰਨ ਚਾਰ ਲੜਕੀਆਂ ਦੀ ਫੋਟੋ ਵੀ ਆਈ ਸੀ ਕਿ ਦੇ ਆਰ ਫਾਈਟਰ ਪਾਇਲਟਸ, ਮਤਲਬ ਜਿਹੜੀ ਕੁਝ ਪਹਿਲੇ ਜੋਬਸ ਪ੍ਰੋਫਾਈਲ ਇੱਦਾਂ ਦੀਆਂ ਸੀ, ਟਫ ਜੋਬ ਪ੍ਰੋਫਾਈਲਸ ਮੰਨੀਆਂ ਜਾਂਦੀਆਂ ਸੀ, ਜਿੱਥੇ ਲੱਗਦਾ ਸੀ ਕਿ ਕੁੜੀਆਂ ਦੇ ਲਈ ਉਹ ਸੇਫ ਨਹੀਂ ਹੈ ਜਾਂ ਕੁੜੀਆਂ ਉਹ ਕੰਮ ਨਹੀਂ ਕਰ ਸਕਦੀਆਂ, ਪਰ ਹੁਣ ਅੱਜ ਕੱਲ੍ਹ ਹਰ ਇੱਕ ਖੇਤਰ ਦੇ ਵਿੱਚ ਬਰਾਬਰ ਦਾ ਅਧਿਕਾਰ ਹੈ। ਦੇਖ ਲਓ, ਬਿਲਕੁਲ ਸਹੀ। ਹੁਣ ਜਿਸ ਤਰ੍ਹਾਂ ਮੈਂ ਐਡ ਕਰਾਂਗਾ, ਹੁਣ ਕਮਰਸ਼ੀਅਲ ਪਾਇਲਟਸ ਨੇ, ਕਮਰਸ਼ੀਅਲ ਪਾਇਲਟਸ ਬਹੁਤ ਜ਼ਿਆਦਾ ਕੇਸਿਸ 'ਚ ਲੜਕੀਆਂ ਹੈ, ਟੱਚਵੁੱਡ ਬਹੁਤ ਅੱਛਾ ਪਰਫਾਰਮ ਕਰ ਰਹੀਆਂ ਨੇ, ਕਿੰਨੇ ਸੌ ਜਹਾਜ਼ ਹਰ ਵੇਲੇ ਉੱਡਦੇ ਨੇ ਵੱਡੇ ਵੱਡੇ ਏਅਰਪੋਰਟ ਤੋਂ, ਐਂਡ ਜੀ ਬਿੰਦਰਾ ਸਾਹਿਬ ਇੱਕ ਕਾਲਰ ਆ ਪਹੁੰਚੇ ਨੇ, ਆਪਣਾ ਸਵਾਲ ਪੁੱਛਣਗੇ, ਅਸੀਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ ਜੀ। ਸਰ ਮੈਂ ਕਹਿਣਾ ਚਾਹੁੰਦਾ ਭਾਵੇਂ ਔਰਤਾਂ ਦੇ ਹਰੇਕ ਖੇਤਰ ਦੇ ਵਿੱਚ ਮਰਦ ਦੇ ਬਰਾਬਰ ਆ, ਕਿਸੇ ਵੀ ਖੇਤਰ 'ਚ ਲੈ ਲਈਏ ਆਪਾਂ, ਪਰ ਦੇਖਿਆ ਜਾਵੇ ਕੁਝ ਇਹੋ ਜਿਹੇ ਖੇਤਰ ਵੀ ਹੈਗੇ ਜਿੱਥੇ ਨੀਚਤਾ ਦਿਖਾਈ ਜਾਂਦੀ ਵੀ ਔਰਤ ਆ, ਜਾਂ ਹੋਰ ਕੱਪੜੇ ਦੀ ਲੈ ਲਓ, ਕੋਈ ਵੀ ਲੈ ਲਓ, ਇਹ ਨੀਵੇਂ ਦੀ ਭਾਵਨਾ ਦੇਖਿਆ ਜਾਂਦਾ। ਨਹੀਂ, ਐਸੀ ਗੱਲ ਨਹੀਂ ਹੈਗੀ ਜੀ, ਆਖਿਰਕਾਰ ਉਹ ਇੰਡੀਵਿਜੁਅਲ ਦਾ ਫਰਕ ਪੈਂਦਾ, ਮਤਲਬ ਕੇਸ ਟੂ ਕੇਸ ਫਰਕ ਪਏਗਾ, ਅਦਰਵਾਈਜ਼ ਤੇ ਕੋਈ ਜ਼ਰੂਰਤ ਹੀ ਨਹੀਂ ਕਰ ਸਕਦਾ ਕਿ ਲੜਕੀ ਨੂੰ ਉਹ ਥੋੜ੍ਹਾ ਜਿਹਾ ਗਲਤ ਨਜ਼ਰ ਨਾਲ ਦੇਖੇ ਜਾਂ ਉਹਦਾ ਹੱਕ ਪੂਰਾ ਨਾ ਦੇਵੇ, ਅਖਤਿਆਰ ਪੂਰਾ ਨਾ ਦੇਵੇ। ਬਾਕੀ ਇੰਡੀਵਿਜੁਅਲ ਦੋ ਆਦਮੀ ਹੈਗੇ, ਹੁਣ ਦੋ ਬੱਚੇ ਲੜਕੇ ਹੁੰਦੇ ਨੇ, ਇੱਕ ਲੜਕੇ ਨੂੰ ਮਾਂ ਥੋੜ੍ਹਾ ਜ਼ਿਆਦਾ ਪਿਆਰ ਕਰਦੀ ਹੈ, ਇੱਕ ਨੂੰ ਘੱਟ ਕਰਦੀ ਹੈ, ਅਦਰਵਾਈਜ਼ ਕਾਨੂੰਨ ਨੁਕਤੇ ਨਾਲ ਕੋਈ ਨਹੀਂ, ਸਗੋਂ ਅਗਰ ਆਮ ਜ਼ਿੰਦਗੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਅੱਜ ਔਰਤਾਂ ਨੂੰ ਵੀ ਬਹੁਤ ਜ਼ਰੂਰਤ ਹੈ ਕਿ ਉਹ ਆਪ ਵੀ ਜਾਗਰੂਕ ਹੋਣ ਆਪਣੇ ਹੱਕਾਂ ਦੇ ਬਾਰੇ, ਆਪਣੀ ਡਿਊਟੀਜ਼ ਦੇ ਬਾਰੇ। ਬਿੰਦਰਾ ਸਾਹਿਬ, ਅਸੀਂ ਅੱਗੇ ਵੱਧਦੇ ਹਾਂ, ਕਰਮ ਭੂਮੀ ਦੀ ਜੇ ਮੈਂ ਗੱਲ ਕਰਾਂ, ਵਰਕ ਪਲੇਸ ਦੀ ਗੱਲ ਕਰਾਂ, ਉੱਥੇ ਵੀ ਤਸਵੀਰ ਜਦੋਂ ਆਪਾਂ ਗੱਲ ਕਰਦੇ ਹਾਂ ਸਮਾਨਤਾ ਜਿਹੜੀ ਹੈ, ਬਰਾਬਰ ਦੇ ਹੱਕ ਅਧਿਕਾਰ ਜਿਹੜੇ ਆ, ਦੇਖਦੇ ਹੋ ਔਰਤਾਂ ਤੇ ਮਰਦਾਂ ਨੂੰ ਮਿਲ ਰਹੇ ਨੇ? ਹਾਂਜੀ ਹਾਂ, ਬਿਲਕੁਲ, ਕਈ ਜਗ੍ਹਾ ਤੇ ਮੋਸਟ ਆਫ ਦਾ ਪਲੇਸਿਸ ਤੇ ਹੈਡ ਆਫ ਦਾ ਡਿਪਾਰਟਮੈਂਟ ਜਿਹੜੀ ਹੈ, ਹੈਡ ਆਫ ਦਾ ਆਫਿਸ ਹੈ, ਹੈਡ ਆਫ ਦਾ ਐਡਮਿਨਿਸਟ੍ਰੇਸ਼ਨ, ਉਹ ਸ਼ੀਜ਼ ਏ ਲੇਡੀ, ਸ਼ੀਜ਼ ਏ ਗਰਲ, ਤਾਂ ਉਹ ਹੈ, ਉਹ ਅਸਰਟ ਕਰਦੀ ਹੈ। ਹੁਣ ਸਪੋਜ਼ਿੰਗ ਹੁਣ ਮਾੜਾ ਹੋਇਆ ਪਿੱਛੇ ਜੇ ਫਲੱਡਸ ਆਏ ਸਨ, ਅਗਰ ਕੋਈ ਡਿਪਟੀ ਕਮਿਸ਼ਨਰ ਲੜਕੀ ਹੈ ਉਹ ਉਸ ਤਰ੍ਹਾਂ ਹੀ ਉੱਥੇ ਹਰ ਵਗੈਰਹ ਪਹੁੰਚਦੀ ਹੈ, ਹੜ ਆ ਕੇ ਕਿਸ਼ਤੀਆਂ ਜਾ ਕੇ ਜਿੱਥੇ ਰੈਸਕਿਊ ਓਪਰੇਸ਼ਨ ਉੱਥੇ ਪਹੁੰਚਦੀ ਹੈ, ਆਪਣੀ ਡਿਊਟੀ ਪਰਫਾਰਮ ਕਰਦੀ ਹੈ, ਰੈਵਨਿਊ ਦੀਆਂ ਅਪੀਲਾਂ ਸੁਣਦੀ ਹੈ, ਜਿੱਥੇ ਰਾਇਟਸ ਹੁੰਦੇ ਨੇ ਉੱਥੇ ਜਾਂਦੀ ਹੈ, ਪੂਰਾ ਅਸਰਟ ਕਰਦੀ ਹੈ। ਮਤਲਬ ਵਰਕ ਪਲੇਸ ਦੀ ਵੀ ਗੱਲ ਕਰੀਏ ਤਾਂ ਬਰਾਬਰ ਦੇ ਅਧਿਕਾਰ ਦੋਨਾਂ ਨੂੰ ਨੇ, ਔਰ ਅਸੀਂ ਅਗਰ ਆਪਾਂ ਜਲੰਧਰ ਦੂਰਦਰਸ਼ਨ ਦੀ ਗੱਲ ਕਰੀਏ ਤਾਂ ਇੱਥੇ ਵੀ ਬਰਾਬਰ ਦੇ ਅਧਿਕਾਰ ਨੇ, ਜੇ ਇੱਕ ਫੀਮੇਲ ਐਂਕਰ ਬਣਦੀ ਹੈ ਮਾਰਨਿੰਗ ਸ਼ੋਅ ਦੇ ਵਿੱਚ ਤੇ ਮੇਲ ਐਂਕਰ ਵੀ ਹੁੰਦਾ ਹੈ, ਤੇ ਸਾਡੇ ਡੀਡੀ ਪੰਜਾਬੀ ਜਲੰਧਰ ਦੇ ਵੀ ਜਿਹੜੇ ਹੈਡ ਨੇ ਉਹ ਇੱਕ ਫੀਮੇਲ ਨੇ। ਬਿਲਕੁਲ, ਔਰ ਇਹ ਖੂਬਸੂਰਤੀ ਹੈ ਉਹਦਾ, ਔਰ ਅੱਜ ਤੁਸੀਂ ਜਿਹੜੇ ਮੈਨੂੰ ਸਵਾਲ ਜਵਾਬ ਕਰ ਰਹੇ ਹੋ, ਮੈਂ ਕੀ ਕਹਾਂ, ਮੈਂ ਗ੍ਰਿਲਿੰਗ ਕਰ ਰਹੇ ਹੋ, ਉਹ ਵੀ ਤਾਂ ਤੁਸੀਂ ਇੱਕੋ ਰਾਈਟਸ ਹੈਗੇ ਤੁਹਾਡੇ, ਜੇ ਦੋਨੋਂ ਹੀ ਤੁਸੀਂ ਯੰਗ ਬ੍ਰਾਈਟ ਲੜਕਾ ਔਰ ਲੜਕੀ ਹੋ, ਤੁਸੀਂ ਕਰ ਰਹੇ ਹੋ, ਇਕੁਅਲ ਰਾਈਟਸ ਹੈਗੇ। ਵਕੀਲ ਸਾਹਿਬ, ਤੁਸੀਂ ਦੇਖਦੇ ਹੋਗੇ ਕਿ ਜਦੋਂ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਵਾਰ ਇੱਦਾਂ ਹੁੰਦਾ ਚਾਹੇ ਔਰਤ ਹੋਏ ਜਾਂ ਮਰਦ ਹੋਏ, ਹੱਕਾਂ ਦਾ ਜਿਹੜਾ ਹੈ ਦੁਰਉਪਯੋਗ ਵੀ ਹੁੰਦਾ, ਉਹਦੇ ਕਾਰਨ ਕੀ ਹਨ? ਦੁਰਉਪਯੋਗ ਤਾਂ ਹੀ ਇਹ ਪਰਸਨਲ ਹੁੰਦਾ, ਸੀਨੀਅਰ ਦੇ ਉੱਤੇ ਥੋੜ੍ਹਾ ਜਿਹਾ ਡਿਪੈਂਡ ਕਰਦਾ ਕਿ ਉਹ ਅਸਰਟ ਨਾ ਕਰਨ ਦੇਵੇ ਜਾਂ ਮਿਸ ਯੂਜ ਹੋਵੇ, ਜਿਸ ਤਰ੍ਹਾਂ ਕਈ ਵਾਰੀ ਤਕਲੀਫ ਨਹੀਂ ਵੀ ਹੁੰਦੀ ਤੇ ਉਹ ਫੇਰ ਵੀ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਮੈਨੂੰ ਸਰ ਮੈਂ ਇਸ ਤਰ੍ਹਾਂ ਮੈਂ ਕਰਨਾ, ਤਾਂ ਉਹਦੇ 'ਚ ਅਗਰ ਮੈਂ ਕਹਿ ਸਕਾਂ ਤੇ ਲੜਕਾ ਹੋ ਜਾਂਦਾ ਹੈ ਤੇ ਉਹਨੂੰ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ, ਅਗਰ ਤੇਰੀ ਤਬੀਅਤ ਖਰਾਬ ਹੈ, ਸਿਰ ਦਰਦ ਹੈ, ਕੁਛ ਨਹੀਂ, ਕੋਈ ਗੱਲ ਨਹੀਂ, ਥੋੜ੍ਹਾ ਗੋਲੀ ਖਾ ਲੈ, ਕੰਮ ਕਰ ਲੈ,
ਤੋ ਅਗਰ ਉਹ ਲੜਕੀ ਉਹੀ ਉਹ ਗੱਲ ਕਹਿ ਦਿੰਦੀ ਹੈ ਕਿ ਸਰ ਮੈਂ ਤਾਂ ਜਾਣਾ ਚਾਹੁੰਦੀ ਹਾਂ, ਮੇਰੀ ਤਬੀਅਤ ਠੀਕ ਨਹੀਂ, ਤੇ ਉਹ ਕਹਿੰਦੇ ਅੱਛਾ ਕੋਈ ਗੱਲ ਨਹੀਂ। ਉਸ ਵਾਸਤੇ ਥੋੜ੍ਹਾ ਜਿਹਾ ਮੁੰਡੇ ਅਤੇ ਕੁੜੀ ਦੇ ਵਿੱਚ, ਮੇਲ ਅਤੇ ਫੀਮੇਲ ਦੇ ਵਿੱਚ ਥੋੜ੍ਹੀ ਜਿਹੀ ਖਿਆਲ ਆ ਜਾਂਦਾ ਹੈ ਕਿ ਉਹੀ ਮੇਰੀ ਤਬੀਅਤ ਖਰਾਬ ਹੈਗੀ ਹੈ ਅਤੇ ਮੈਨੂੰ ਬੋਸ ਕਹਿੰਦਾ ਕੋਈ ਨਹੀਂ ਗੱਲ ਠੀਕ ਹੈ। ਬਿੰਦਰਾ ਜੀ ਇੱਕ ਫੋਨ ਕਾਲ ਆਪਾਂ ਲਵਾਂਗੇ, ਮਾਫੀ ਚਾਹਾਂਗੇ, ਪਹਿਲਾਂ ਇੱਕ ਫੋਨ ਕਾਲ ਲੈ ਲੈਂਦੇ ਫਿਰ ਆਪਾਂ। ਸਰ ਨਾ ਇੱਕ ਜਿੱਥੇ ਤੁਸੀਂ ਮਰਦਾਂ ਤੇ ਲੇਡੀਜ਼ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ ਜੀ, ਸਾਡੇ ਘੱਗਰ ਦਾ ਏਰੀਆ ਜੀ, ਮੂਣਕ ਏਰੀਏ ਚ ਘੱਗਰ ਦਾ ਹੜ ਆਉਂਦਾ ਜੀ। ਅੱਛਾ ਜੀ। ਉਸ ਚ ਜੀ ਇੱਕ ਮੈਂ ਨਾਂ ਨੀ ਲੈਂਦਾ ਜੀ, ਲੇਡੀਜ਼ ਜੀ ਮੈਡਮ, ਤੇ ਉਹਨਾਂ ਨੇ ਵੀ ਰਾਤ ਨੂੰ ਜੀ ਇੱਕ ਇੱਕ ਦੋ ਦੋ ਵਜੇ ਤੱਕ ਉਸੇ ਤਰ੍ਹਾਂ ਸਟਾਫ ਨਾਲ ਆਪਦੇ ਬਾਖੂਬੀ ਡਿਊਟੀ ਨਿਭਾਈ ਹੈ ਜੀ। ਹਾਂ ਜੀ, ਹਾਂ ਜੀ ਸਰ, ਠੀਕ ਹੈ ਜੀ, ਓਕੇ ਸਰ, ਠੀਕ ਹੈ। ਬੜੀ ਸ਼ਾਬਾਸ਼ ਦੀ ਗੱਲ ਹੈ, ਬੜੀ ਸ਼ਲਾਘਾਯੋਗ ਗੱਲ ਹੈ। ਸੋ ਇਸ ਵਾਸਤੇ ਇਹਦਾ ਮਤਲਬ ਹੈ ਕਿ ਦੋਨੋ ਮੇਲ ਫੀਮੇਲ, ਮੈਨ ਔਰ ਵੁਮੈਨ ਆਰ ਐਟ ਪਾਰ, ਬਰਾਬਰ ਤੇ ਹੈਗੇ ਨੇ ਆਪਣੀਆਂ ਡਿਊਟੀਆਂ। ਉਹਨਾਂ ਨੂੰ ਜਿਹੜਾ ਉਹਨਾਂ ਦਾ ਆਪਣਾ ਆਫਿਸ, ਆਪਣੀ ਰਿਸਪੋਂਸੀਬਿਲਿਟੀ ਗਵਰਨਮੈਂਟ ਨੇ ਦਿੱਤੀ ਹੈ, ਉਹ ਕਿੰਨੀ ਸੋਹਣੀ ਨਿਭਾਈ ਹੈ। ਬਿਲਕੁਲ। ਉਹ ਇਹ ਨਹੀਂ ਕਹਿ ਕੇ ਗਏ, ਉਹਨਾਂ ਨੇ ਆਪਣੇ ਸਬਾਰਡੀਨੇਟ ਨੂੰ ਕਹਿਤਾ ਕਿ ਜਾ ਬਈ ਹੁਣ ਹੜ ਆਏ ਨੇ, ਪਿੰਡ ਰੁੜਦਾ ਪਿਆ, ਤੂੰ ਜਾ ਕੇ ਉੱਥੇ ਕਰ ਲੈ। ਕਿਉਂਕਿ ਮੈਂ ਖੁਦ ਚਲਾਂਗੀ, ਮੈਂ ਮੋਟਰ ਬੋਟ ਜਾਵਾਂਗੀ, ਮੈਂ ਬੰਦ ਲਗਾਵਾਂਗੀ, ਮੈਂ ਮੋਨੀਟਰ ਕਰਾਂਗੀ, ਮੈਂ ਚੀਫ ਮਿਨਿਸਟਰ ਨੂੰ ਇਨਫੋਰਮ ਕਰਾਂਗੀ ਕਿ ਮੌਕੇ ਤੇ ਬੈਠੀ ਹਾਂ, ਕੈਮਰਾਸ ਲੱਗੇ ਹੋਏ ਨੇ, ਕੀ ਹੋ ਰਿਹਾ। ਇਹ ਤੇ ਬੜੀ ਸ਼ਲਾਘਾਯੋਗ ਗੱਲ ਹੈ ਜੀ, ਬੜੀ ਅੱਛੀ ਗੱਲ ਹੈ ਕਿ ਆਪਣੇ ਹੱਕਾਂ ਦਾ ਦੁਰਉਪਯੋਗ ਨਾ ਕਰਕੇ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਉਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਬਾਕਮਾਲ ਹੁੰਦੇ ਨੇ, ਔਰ ਮਿਸਾਲ ਵੀ ਇਹੋ ਜਿਹੇ ਲੋਕ ਹੀ ਕਾਇਮ ਕਰਦੇ ਨੇ। ਡੋਮੈਸਟਿਕ ਵਾਇਲੈਂਸ ਦੀ ਅਸੀਂ ਘਰੇਲੂ ਜਿਹੜਾ ਕਲੇਸ਼ ਹੈ ਜਿਹੜਾ, ਉਹਦੀ ਆਪਾਂ ਗੱਲ ਕਰੀਏ, ਉੱਥੇ ਆਪਾਂ ਦੇਖਦੇ ਹਾਂ ਕਿ ਉੱਥੇ ਵੀ ਬਰਾਬਰ ਦਾ ਅਧਿਕਾਰ ਹੈ, ਕਿ ਜਿਵੇਂ ਮੁੰਡੇ ਦੀ ਸੁਣਵਾਈ ਵੀ ਹੈਗੀ ਹੈ, ਕੁੜੀ ਦੀ ਸੁਣਵਾਈ, ਦੋਨਾਂ ਦੀ ਮਤਲਬ ਸੁਣਵਾਈ ਉਹਨਾਂ ਦੀ ਹੁੰਦੀ ਹੈ, ਇੱਥੇ ਬਰਾਬਰੀ ਹੈ ਕਿ ਪਤਾ ਜੀ ਮੇਰੇ ਮੂੰਹ ਠੀਕ ਲੱਗਦਾ ਕਿ ਨਹੀਂ ਲੱਗਦਾ। ਇਹ ਡੋਮੈਸਟਿਕ ਵਾਇਲੈਂਸ ਐਕਟ ਦਾ ਜਿਹੜਾ ਪ੍ਰੀਫੇਸ ਪੜ੍ਹੋ ਨਾ ਕਿ ਪਰਪਸ ਆਫ ਦਾ ਐਕਟ, ਉਹਦੇ 'ਚ ਵਰਡਿੰਗ ਇਹ ਹੈ ਕਿ ਇਹਨੂੰ ਆਪਣੀ ਗਰਲ ਨੂੰ, ਲੜੀ ਨੂੰ ਘਰ ਵਾਸਤੇ ਉਹ ਜਿਹੜਾ ਅਬਿਊਜ਼ਰ ਹੈ ਉਹਦੇ ਖਿਲਾਫ ਹੈ। ਕਿਧਰੇ ਇਹ ਨਹੀਂ ਆਇਆ ਕਿ ਅਗਰ ਇੱਕ ਲੇਡੀ ਸਪੋਜ਼ਿੰਗ ਵਾਇਲੈਂਟ ਹੁੰਦੀ ਹੈ, ਜਾਂ ਲੇਡੀ ਬਲਿਜਰੈਂਟ ਹੈ, ਜਾਂ ਨੈਗਿੰਗ ਹੈ, ਤੇ ਉਹ ਉਹਦੇ ਹਸਬੈਂਡ ਨੂੰ ਜਾਂ ਉਹਦੇ ਦੋਸਤ ਨੂੰ ਜਾਂ ਲਿਵ ਇਨ ਅਰੇਂਜ ਫਰੈਂਡ ਨੂੰ, ਉਦੋਂ ਉਹਨੂੰ ਕੀ ਅਖਤਿਆਰ? ਮੇਰੇ ਵਰਗੇ ਮਾਸੂਮ ਮੁੰਡੇ ਦਾ ਕੀ ਹੋਏਗਾ? ਡਰ ਦੇ ਨਾਲ ਤੁਸੀਂ ਵਿਆਹ ਨਹੀਂ ਕਰਾ ਰਹੇ? ਬਿਲਕੁਲ, ਆ ਦੇਖੋ ਜੀ ਦਰਦ ਛੇੜੇ ਹੁਣ ਜੀ। ਨਹੀਂ ਉਹ ਤਾਂ ਕੋਈ ਵੀ ਦੁਨੀਆਂ ਦਾ ਬੰਦਾ ਤੁਹਾਡੇ ਵਿਆਹ ਕਰਨ ਨੂੰ ਤਿਆਰ ਹੋਏਗਾ, ਰੱਬ ਨੇ ਤੁਹਾਡੇ ਤੇ ਇੰਨੀ ਮਿਹਰ ਕੀਤੀ ਹੈ। ਆਪਾਂ ਉਸੇ ਸਵਾਲ ਤੇ ਹੁਣ ਦੁਬਾਰਾ ਆਉਂਦੇ ਹਾਂ ਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇਖਦੇ ਹਾਂ, ਕੀ ਹੁਣ ਅੱਜ ਦੇ ਸਮੇਂ ਦੇ ਵਿੱਚ ਦੋਨਾਂ ਨੂੰ ਬਰਾਬਰ ਦੀ ਸੁਣਵਾਈ ਦਾ ਮੌਕਾ ਮਿਲਦਾ? ਹਾਂਜੀ, ਨਹੀਂ ਮਿਲਦਾ ਤੇ ਹੈ ਜੀ। ਕੰਸਟੀਟਿਊਸ਼ਨ ਦੀ ਗੱਲ ਕਰੀਏ, ਸੰਵਿਧਾਨ ਚ ਗੱਲ ਕਰੀਏ, ਦੇਖੋ ਜੀ ਐਕਟ ਜਿਸਲੇ ਆ ਗਿਆ ਕੰਸਟੀਟਿਊਸ਼ਨ, ਤੇ ਕੋਈ ਇਹਦੇ ਚ ਵਿਤਕਰਾ ਨਹੀਂ ਹੈਗਾ ਕਿ ਜੀ ਅਗਰ ਕੋਈ ਬੰਦੇ ਨੂੰ ਸ਼ਿਕਾਇਤ ਹੈ ਤੇ ਉਹਦੀ ਨਾ ਸੁਣੀ ਜਾਏ ਤੇ ਲੜਕੀ ਦੀ ਸੁਣੀ ਜਾਏ। ਠੀਕ ਹੈ। ਪਰ ਇਹ ਡੋਮੈਸਟਿਕ ਵਾਇਲੈਂਸ ਐਕਟ ਆ ਕੇ ਇਹ ਅਨਫੋਰਚੂਨੇਟਲੀ ਇਹ ਪ੍ਰਜ਼ੰਪਸ਼ਨ ਕੀਤੀ ਜਾਂਦੀ ਹੈ ਕਿ ਸ਼ਾਇਦ ਮਤਲਬ ਲੜਕੀ ਨਾਲ, ਔਰਤ ਨਾਲ ਧੱਕਾ ਹੁੰਦਾ, ਆਦਮੀ ਧੱਕਾ ਕਰ। ਪਰ ਕਈ ਵਾਰੀ ਹੁਣ ਇਸ ਤਰ੍ਹਾਂ ਹੋਇਆ, ਸੁਪਰੀਮ ਕੋਰਟ ਨੇ ਕਈਆਂ ਜਗ੍ਹਾ ਤੇ ਕਿਹਾ ਕਿ ਨਹੀਂ, ਅਗਰ ਸਪੋਜ਼ਿੰਗ ਇੱਕ, ਮੈਂ ਤੁਹਾਨੂੰ ਮਿਸਾਲ ਹੀ ਦੇ ਦਿੰਦਾ ਕਿ ਇੱਕ ਸੁਪਰੀਮ ਰਿਪੋਰਟਡ ਕੇਸ ਹੈ ਕਿ ਇੱਕ ਆਦਮੀ ਅਮਰੀਕਾ ਦੇ ਨੌਕਰੀ ਕਰ ਰਿਹਾ ਸੀ, ਪਰ ਉਹਦੇ 'ਚ ਉਹਦੀ ਵਾਈਫ ਨੇ ਕਹਿਤਾ, ਉਹ ਇੰਡੀਆ 'ਚ ਸੀਗੀ, ਵਾਈਫ ਨੇ ਕਹਿਤਾ ਜੀ ਕਿ ਇਹਦੇ ਨਾ ਕਿਸੇ ਨਾਲ ਇਹਦੇ ਨਜਾਇਜ਼ ਤਲਕ ਨੇ ਤੇ ਇਹ ਉੱਥੇ ਰਹਿ ਰਿਹਾ ਕਿਸੇ ਨਾਲ। ਸੁਪਰੀਮ ਕੋਰਟ ਨੇ ਕਿਹਾ ਕਿ ਤੂੰ ਤੇ ਇੰਡੀਆ 'ਚ ਰਹਿੰਦੀ ਹੈ, ਉਹ ਅਮਰੀਕਾ 'ਚ ਨੌਕਰੀ ਕਰਦਾ, ਕੰਮ ਕਾਜ ਕਰਦਾ, ਔਰ ਤੂੰ ਹਵਾਈ ਫਾਇਰ ਹੀ ਕਰੀ ਜਾਂਦੀ ਵੀ ਇਹ ਕਿ ਜੀ ਉਹ ਕਿਸੇ ਨਾਲ ਜ਼ਰੂਰ ਤਲਕ ਹੋਣਗੇ। ਫਿਰ ਉਹਦੀ ਸੁਪਰੀਮ ਕੋਰਟ ਨੇ ਉਹਦੀ ਬੰਦੇ ਦੀ ਮੰਨ ਲਈ ਤੇ ਉਹਨੂੰ ਤਲਾਕ ਦੇ ਦਿੱਤਾ ਜੀ, ਕਿਉਂਕਿ ਇਹਨੂੰ ਮੈਂਟਲ ਟੌਰਚਰ ਕਹਿੰਦੇ ਜੀ, ਕਿ ਅਗਰ ਮੈਂਟਲ ਟੌਰਚਰ ਕੋਈ ਵੀ ਕਿਸੇ ਨੂੰ ਵੀ ਕਰ ਰਿਹਾ ਤੇ ਦੋਨਾਂ ਤੇ ਜਿਹੜਾ ਹੈ ਐਕਸ਼ਨ ਲਿੱਤਾ ਜਾ ਸਕਦਾ ਹੈ। ਮਤਲਬ ਉਸ ਵੇਲੇ ਤਾਂ ਉਹਨੇ ਮੰਗਿਆ ਹੀ ਸੀ ਨਾ ਜੀ ਕਿ ਮੇਰਾ ਮੈਨੂੰ ਡਿਵੋਰਸ ਦੇ ਦਿਓ ਕਿ ਮੇਰੀ ਵਾਈਫ ਫਾਲਸ ਐਲੀਗੇਸ਼ਨ ਲਗਾ ਲਈ ਹੈ ਜੀ। ਉਹ ਲਫ਼ਜ਼ ਸੀਗਾ ਕਿ ਫਾਲਸ ਐਲੀਗੇਸ਼ਨ ਜਿਹੜੀ ਹਨ, ਦਿਸ ਇਜ਼ ਮੋਰ ਮੈਂਟਲ ਟੌਰਚਰ। ਤੇ ਜਸਬੀਰ ਜੀ ਦੇ ਨਾਲ ਹੀ ਅਗਰ ਆਪਾਂ ਗੱਲ ਕਰੀਏ ਸੋਸਾਇਟੀ ਦੀ, ਆਪਣੇ ਸਮਾਜ ਦੀ, ਹਲੇ ਵੀ ਆਪਾਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਜਿਹੜਾ ਮੈਨ ਡੋਮੀਨੇਟਿੰਗ ਜ਼ਿਆਦਾ, ਇਹ ਸਾਡੇ ਮਰਦਾਂ ਦੇ ਉੱਪਰ ਨਾ ਵੈਸੇ ਨਜਾਇਜ਼ ਹੀ ਇਲਜ਼ਾਮ ਲੱਗਿਆ ਹੋਇਆ ਜੀ। ਮੇਰਾ ਖਿਆਲ ਹੈ ਮੈਂ ਤੁਹਾਡੇ ਨਾਲ ਐਗਰੀ ਕਰਦਾ, ਕਿਉਂਕਿ ਘਰ ਵਿੱਚ ਸੁਣਵਾਈ ਦਾ ਆਪਾਂ ਦੇਖਦੇ ਹਾਂ ਤੇ ਉਹ ਉਲਟਾ ਹੈ। ਦੇਖੋ ਜੀ ਇਹ ਤਾਂ ਪੁਰਾਣੀਆਂ ਗੱਲਾਂ ਸਨ ਕਿ ਜਦੋਂ ਲੇਡੀ ਜਿਹੜੀ ਸੀ ਉਹ ਸਿਰਫ ਵਿਚਾਰੀ ਪੰਜਵੀਂ ਪਾਸ ਜਾਂ ਸਿਰਫ ਦਸਖਤ ਕਰਦੇ, ਬੰਦਾ ਰੋਟੀ ਕਮਾਉਂਦਾ, ਸਭ ਕੁਝ ਕਰਦਾ, ਹੁਣ ਤਾਂ ਐਵਰੀਬਾਡੀ ਇਜ਼ ਐਟ ਪਾਰ। ਬਿਲਕੁਲ। ਤੁਸੀਂ ਅਗਰ ਆਈਏਐਸ ਦਾ ਕੰਪੀਟ ਕੀਤਾ, ਜੋ ਜਾ ਉਹ ਕੀਤਾ ਉਹਨੇ, ਉਹ ਕੀਤਾ ਆਈਆਰਐਸ ਕੀਤਾ, ਉਹ ਕੀਤਾ ਆਈਪੀਐਸ ਦੇ ਵਿੱਚ, ਉਹ ਵੀ ਲੇਡੀਜ਼ ਹੈਗੀਆਂ ਮੇਰਾ ਖਿਆਲ ਪੰਜਾਬ 'ਚ ਕਮ ਅਜ਼ ਕਮ
20% 30% ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਲੇਡੀ ਹੈ, ਬਿਲਕੁਲ ਫਿਰ ਉਹਦਾ ਵਿਤਕਰਾ ਕਿਸ ਤਰ੍ਹਾਂ ਹੋ ਗਿਆ? ਬਿਨਾਂ ਗੱਲ ਤੋਂ ਬਦਨਾਮ ਕੀਤਾ ਹੈ ਸਾਨੂੰ, ਦੇਖ ਲਓ ਜੀ, ਮਤਲਬ ਐਜੂਕੇਸ਼ਨ ਜਿਹੜੀ ਹੈ, ਪੜ੍ਹਾਈ ਜਿਹੜੀ ਹੈ, ਉਹ ਇੱਕ ਬਹੁਤ ਅਹਿਮ ਰੋਲ ਨਿਭਾਉਂਦੀ ਹੈ ਅਧਿਕਾਰਾਂ ਨੂੰ ਲੈਣ ਵਾਸਤੇ ਜੀ। ਔਰ ਅੱਜ ਦੋਨੇ ਜਾਗਰੂਕ ਹੈ, ਦੇਖੋ ਰਾਈਟ ਤੇ ਹੈ ਹੀ ਹੈ, ਪਰ ਉਹ ਰਾਈਟ ਤਾਂ ਜਿਹੜੇ ਨੇ ਐਜੂਕੇਸ਼ਨ ਦੇ ਬਗੈਰ ਤੇ ਪਤਾ ਕਿ ਖੜਾ ਵੀ ਨਹੀਂ ਹੋਣਾ। ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਅੱਜ ਦੀ ਭਾਵੇਂ ਔਰਤ ਹੋਵੇ ਭਾਵੇਂ ਮਰਦ ਹੋਵੇ, ਭਾਵੇਂ ਮੈਂ ਆਪਣੀ ਗੱਲ ਕਰਾਂ ਭਾਵੇਂ ਸਾਕਸ਼ੀ ਆਪਣੀ ਗੱਲ ਕਰੇ, ਕਿ ਅਸੀਂ ਦੋਨੋਂ ਆਪਣੇ ਹੱਕਾਂ ਦੇ ਬਾਬਤ, ਆਪਣੇ ਡਿਊਟੀਜ਼, ਆਪਣੇ ਫਰਜ਼ ਔਰ ਆਪਣੇ ਰਾਈਟਸ ਦੇ ਬਾਰੇ ਅਸੀਂ ਕੀ ਅਵੇਅਰ ਹੈਗੇ ਹਾਂ, ਜਾਗਰੂਕ ਹੈਗੇ ਹਾਂ? ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਬੇਟੀ ਪੜ੍ਹਾਓ, ਬੇਟੀ ਬਚਾਓ ਦੀ, ਵਿਮੈਨ ਇੰਪਾਵਰਮੈਂਟ ਦੀ ਔਰ ਵਿਮੈਨ ਰੈਜ਼ਰਵੇਸ਼ਨ ਦੀ, ਇਸ ਬਾਰੇ ਦੱਸੋ। ਦੇਖੋ ਜੀ, ਬਹੁਤ ਫਰਕ ਪੈ ਗਿਆ ਪਿਛਲੇ 25-30 ਸਾਲਾਂ ਤੋਂ, ਬਹੁਤ ਜ਼ਿਆਦਾ ਫਰਕ ਪੈ ਗਿਆ। ਅੱਜ ਕੱਲ੍ਹ ਤੁਸੀਂ ਦੇਖੋ, ਕਈ ਵਾਰੀ ਓਨਲੀ ਸਿੰਗਲ ਚਾਈਲਡ ਹੈ ਔਰ ਉਹ ਬੇਟੀ ਹੈ, ਪੇਰੈਂਟਸ ਬਹੁਤ ਖੁਸ਼ ਨੇ। ਅਗਰ ਮੈਕਸੀਮਮ ਦੋ ਬੱਚੇ ਹੋਏ, ਹਾਂਜੀ, ਅਗਰ ਦੋਨੋਂ ਹੀ ਹੈ, ਉਸ ਤੋਂ ਪਹਿਲਾਂ ਹੀ ਮਾਂ ਪਿਓ ਐਂਟੀਸਪੇਟ ਕਰਦੇ ਨੇ ਕਿ ਪਹਿਲਾਂ ਹੀ ਹੁੰਦਾ ਸੀ ਹਾਏ ਕਿ ਰੱਬਾ ਮੇਰ ਕਰੀ ਮੁੰਡਾ ਦੇ। ਅੱਜ ਕੱਲ੍ਹ ਕੋਈ ਨਹੀਂ ਕਹਿੰਦਾ, ਬਿਲਕੁਲ ਅੱਛੀ ਗੱਲ। ਅੱਜ ਕੱਲ੍ਹ ਕਹਿੰਦੇ ਜੀ ਕਿ ਰੱਬਾ ਚੰਗਾ ਬੱਚਾ ਦੇ, ਚੰਗਾ ਜਲਦੀ ਬੱਚਾ ਦੇ, ਹੈ। ਐਂਡ ਬਹੁਤ ਦੁਨੀਆ ਹੈ, ਦੇ ਆਰ ਫੀਲਿੰਗ ਵੈਰੀ ਸੈਟਿਸਫਾਈਡ। ਅਗਰ ਦੋ ਬੱਚੇ ਨੇ, ਅਗਰ ਦੋਨੋਂ ਹੀ ਕੁੜੀਆਂ, ਦੇ ਫੀਲ ਵੈਰੀ ਕੰਟੈਂਟਡ, ਵੈਰੀ ਸੈਟਿਸਫਾਈਡ, ਔਰ ਰੱਜ ਕੇ ਪੜ੍ਹਾਉਂਦੇ ਨੇ ਉਹਨਾਂ ਨੂੰ, ਰੱਜ ਕੇ ਪੜ੍ਹਾਉਂਦੇ ਨੇ। ਸੋ ਇਸ ਵਾਸਤੇ ਬਹੁਤ ਫਰਕ ਪੈ ਗਿਆ। ਔਰ ਇਹ ਯੰਗਰ ਜਨਰੇਸ਼ਨ, ਯੰਗਰ ਜਨਰੇਸ਼ਨ ਮੀਨਸ ਪਿਛਲੇ 15-20 ਸਾਲਾਂ ਤੋਂ ਇਸ ਚੀਜ਼ ਦਾ ਫਰਕ ਪਿਆ ਜੀ। ਜਸਬੀਰ ਜੀ ਕਹਿੰਦੇ ਕਿ ਕੁਝ ਬਦਲਾਵ ਜਿਹੜੇ ਹੁੰਦੇ ਨੇ ਬਹੁਤ ਹੀ ਚੰਗੇ ਹੁੰਦੇ ਨੇ, ਤੇ ਉਹਨਾਂ ਚੰਗੇ ਬਦਲਾਵਾਂ ਵਿੱਚੋਂ ਹੀ ਇੱਕ, ਔਰ ਖਾਸ ਕਰਕੇ ਮੋਦੀ ਜੀ ਨੇ ਜਦੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਕਰਤਾ ਹੈ ਕਿ ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਪੜ੍ਹਾਓ, ਇਹ ਤੇ ਬਹੁਤ ਹੀ ਅੱਛੀ ਗੱਲ ਕਰਤੀ ਹੈ। ਜੀ ਬਿਲਕੁਲ, ਤੇ ਹੁਣ ਤੁਹਾਡੇ ਸ਼ਬਦਾਂ ਚ ਜਾਂਦੇ ਜਾਂਦੇ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੋ ਬਰਾਬਰ ਦੇ ਅਧਿਕਾਰਾਂ ਬਾਰੇ, ਇੱਕ ਵਕੀਲ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਇਹ ਕਹਾਂਗਾ, ਅਧਿਕਾਰ ਤੇ ਸਾਨੂੰ ਮਿਲ ਜਾਣਗੇ, ਸਾਨੂੰ ਆਪਣਾ ਫਰਜ਼ ਪੂਰਾ ਨਿਭਾਉਣਾ ਚਾਹੀਦਾ, ਆਪਣੀ ਡਿਊਟੀ ਪੂਰੀ ਦੇਣੀ ਚਾਹੀਦੀ ਹੈ। ਅਗਰ ਮੈਂ ਆਪਣੇ ਕਲਾਇੰਟ ਦੇ ਪ੍ਰਤੀ, ਆਪਣੇ ਅਗਰ ਡਾਕਟਰ ਹਾਂ ਪੇਸ਼ੈਂਟ ਦੇ ਪ੍ਰਤੀ, ਜਾਂ ਕਿਸੇ ਦੇ ਹੋਰ ਹਾਂ, ਮਤਲਬ ਸਪੋਜ਼ਿੰਗ ਦੁਕਾਨਦਾਰ ਹੀ ਹਾਂ, ਅਗਰ ਮੈਂ ਗਾਹਕ ਨੂੰ ਕਹਿ ਜਾਂ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ, ਉੱਥੇ ਚਲਾ ਤਾਂ ਜਾਏਗਾ ਵਿਚਾਰਾ। ਹੁਣ ਸਪੋਜ਼ਿੰਗ ਤੁਸੀਂ ਹਾਈਵੇ ਤੇ ਟਰੈਵਲ ਕਰ ਰਹੇ ਹੋ, ਹਾਂਜੀ, ਉਹ ਜਿਸ ਤਰ੍ਹਾਂ ਉਹਨੇ ਲਿਫਾਫਾ ਬਣਾ ਕੇ ਦੇ ਤਾਂ ਚਲੋਗੇ ਕਰਨਾਲ ਲੇਕ, ਤੇ ਬਾਅਦ ਤੁਸੀਂ ਜਦੋਂ ਰਸਤੇ 'ਚ ਖੋਲੋਗੇ ਦਿੱਲੀ ਜਾ ਪਹੁੰਚੋਗੇ। ਪਰ ਮੈਂ ਇਖਲਾਕਾਂ 'ਤੇ ਗਲਤ ਗੱਲ ਕੀਤੀ ਨਾ, ਸੋ ਮੈਨੂੰ, ਮੈਂ ਉਸ ਚੀਜ਼ ਨੂੰ ਬਿਲੀਵ ਕਰਦਾ ਕਿ ਮੈਨੂੰ ਆਪਣੇ ਹੱਕ, ਆਪਣੀਆਂ ਡਿਊਟੀ ਜ਼ਿਆਦਾ ਨਿਭਾਉਣ ਦੀ ਕੋਸ਼ਿਸ਼, ਅਧਿਕਾਰਾਂ ਦੇ ਬਾਰੇ ਜਾਗਰੂਕ ਹੋਵਾਂਗੇ, ਆਪਣੇ ਫਰਜ਼ ਨਿਭਾਵਾਂਗੇ, ਅਧਿਕਾਰਾਂ ਬਾਰੇ ਜਾਗਰੂਕ ਹੋਵਾਂਗੇ, ਆਪਣੇ ਫਰਜ਼ ਨਿਭਾਵਾਂਗੇ, ਇਨਸਾਨੀਅਤ ਦੇ ਰਾਹ ਤੇ ਚੱਲਦੇ ਹੋਏ ਅੱਗੇ ਵਧਦੇ ਜਾਵਾਂਗੇ। ਤੁਸੀਂ ਸਟੂਡੀਓ ਦੇ ਵਿੱਚ ਆਏ, ਇੰਨੀ ਕੀਮਤੀ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਬਿੰਦਰਾ ਸਾਹਿਬ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।